ਅਸੀਂ 527 ਚ ਰਹਿੰਦੇ ਸੀ। ਮੇਰੇ ਬਾਪ ਦਾ ਨਾਂ ਸਰਦਾਰ ਪੂਰ ਸਿੰਘ ਸੀ, ਬਾਬੇ ਦਾ ਨਾਂ ਹਜ਼ਾਰਾ ਸਿੰਘ ਸੀ। ਅਸੀਂ ਸਿੱਧਵਾਂ ਬੇੜ ਚੋਂ ਗਏ ਸੀ ਇੱਧਰ ਲੁਧਿਆਣੇ ਤੋਂ, ਅਤੇ ਉੱਧਰ ਲੈਲਪੁਰ 'ਚ ਰਹਿੰਦੇ ਸੀ। ਜਦੋਂ ਇਹ ਰੌਲਾ ਪਿਆ ਉਸ ਵੇਲੇ ਅਸੀਂ ਉੱਧਰੋਂ ਫਿਰ ਇੱਧਰ ਨੂੰ ਆਏ ਹਾਂ। ਸਾਡਾ ਪਿੰਡ 527 ਸੀ ਅਤੇ ਨਾਲ ਸਾਡੇ 28 ਪਿੰਡ ਸੀ, 29, 30, 31 ਸਾਰੇ ਪਿੰਡ ਸਾਥੋਂ ਗਾਹਾਂ ਭਰੇ ਸੀਗੇ। ਅਤੇ ਜਿਹੜਾ ਸੂਆ ਸੀ ਉਹ ਸਾਡੇ ਪਿੰਡ ਤੋਂ ਨਿਕਲਦਾ ਸੀ, ਉਹਨਾਂ ਸਾਰਿਆਂ ਨੂੰ ਪਾਣੀ ਉੱਥੋਂ ਜਾਂਦਾ ਸੀ। ਅਤੇ ਉਹ ਸਾਰੇ ਪਿੰਡ ਜਦੋਂ ਕਿਤੇ ਪਾਣੀ ਦਾ ਜਾਂ ਕੋਈ ਰੌਲਾ ਪੈਣਾ ਜਾਂ ਲੈਲਪੁਰ ਨੂੰ ਜਾਣਾ ਅਤੇ ਸਾਡੇ ਪਿੰਡ 'ਚ ਆ ਕੇ ਬਹਿੰਦੇ ਸੀਗੇ ਅਤੇ ਸਾਡੇ ਪਿੰਡ 'ਚ ਘੋੜੀਆਂ ਬੰਨ੍ਹ ਕੇ ਅਤੇ ਉਹ ਮੋਟਰ ਚੜ੍ਹਦੇ ਸੀ। ਜਿੰਨੇ 8-9 ਪਿੰਡ ਸੀ ਉਹ ਆਪਣੇ ਹੀ ਸੀ ਸਾਰੇ। ਮੇਨ ਸੜਕ 'ਤੇ ਸੀ ਮੇਰੇ ਪਿੰਡ? ਹਾਂ, ਮੇਨ ਸੜਕ ਸੀ ਜਮਾਂ ਗੋਜਰੀ ਨੂੰ ਜਾਂਦੀ ਸੜਕ, ਉੱਧਰ ਉੱਧਰੋਂ ਲੈਲਪੁਰ ਨੂੰ ਆ ਕੇ ਲੈਲਪੁਰ ਤੋਂ ਲਾਹੌਰ ਨੂੰ ਆਉਂਦੀ ਸੀ, ਪੱਕੀ ਸੜਕ ਸੀ। ਲਾਹੌਰ ਤੋਂ ਗਏ ਲੁਧਿਆਣੇ ਵੱਲ ਨੂੰ ਆ ਜਾਣੀ ਫਿਰੋਜ਼ਪੁਰ ਨੂੰ, ਅਤੇ ਉੱਥੋਂ ਅਸੀਂ ਫਿਰ ਜਦੋਂ ਤੁਰੇ ਹਾਂ ਉੱਥੇ ਖੇਤੀ ਕਰਦੇ ਸੀਗੇ ਪਿੰਡ, ਉੱਥੇ ਖੇਤੀ ਕਰਦੇ ਸੀ। ਖੇਤੀ ਕਰਦੇ ਅਸੀਂ ਜਦੋਂ ਇਹ ਅਜਾੜਾ ਪਿਆ ਉਸ ਵੇਲੇ ਬਾਪੂ ਸਾਡਾ ਆਉਣ ਆਉਂਦਾ ਨਹੀਂ ਸੀ, ਇੰਨੀ ਸਾਡੇ ਕੋਲ ਜ਼ਮੀਨ ਤੈਨੂੰ ਦੱਸ ਵੀ ਸਾਡਾ ਬਾਪੂ ਆਉਂਦਾ ਨਹੀਂ ਸੀ। ਉਹ ਕਹਿੰਦਾ ਸੀ ਆਪਣੇ ਕੋਲ 9-10 ਮਰਬੇ 15 ਮਰਬੇ ਆ, ਬਈ ਆਪਾਂ ਇਹ ਨਹੀਂ ਜਾਣਾ, ਆਪਾਂ ਇੱਥੇ ਰਹਿਣਾ। ਸਾਡੇ ਪਿੰਡ ਦੇ ਵਿੱਚ ਜਟਾਣਾ, ਮਨਪੁਰ, ਆਂਸ, ਕੱਤੀ, ਨਾਰੰਗਾਲ ਅਤੇ ਗਾਹਾਂ 30 ਚੱਕ, 32 ਚੱਕ, ਇਹ ਸਾਰੇ ਪਿੰਡ ਸਾਡੇ 'ਚ ਆ ਕੇ ਬਹਿ ਗਏ, ਉੱਜੜ ਕੇ ਪਿੰਡੋਂ ਉੱਠ ਗਏ। ਉਹਨਾਂ ਨੇ ਸਾਰਿਆਂ ਨੇ ਸਾਡੇ ਬਾਪੂ ਨੂੰ ਕਿਹਾ ਵੀ ਤੁਸੀਂ ਜਾਣਾ ਕਿਉਂ ਨਹੀਂ, ਵੀ ਇੱਥੇ ਤਾਂ ਮੁਸਲਮਾਨ ਆਪਣੀਆਂ ਕੁੜੀਆਂ ਨੂੰ ਲੈ ਜਾਣਗੇ, ਐਂ ਕਰਨਗੇ, ਐਂ ਕਰਨਗੇ। ਅਤੇ ਸਾਡਾ ਬਾਪੂ ਵੀ ਉਹਨਾਂ ਨੇ ਰਾਜ਼ੀ ਹੋ ਗਿਆ। ਰਾਜ਼ੀ ਹੋ ਗਿਆ ਤਾਂ ਅਸੀਂ ਫਿਰ ਸਾਡੇ ਕੋਲ ਚਾਚਾ ਅਤੇ ਬਾਪੂ ਸਾਡੇ 2 ਭਾਈ ਸੀਗੇ, ਸਾਡੇ ਚਾਚੇ ਨਾਲ ਬੱਗਾ ਸਿਉਂ ਸੀ, ਉਹ ਅਸੀਂ ਉਸੇ ਸਾਲ ਹੀ ਅੱਡ ਹੋਏ ਸੀ, 1 ਸਾਲ ਅੱਗੋਂ ਪਹਿਲਾਂ। ਸਾਡੇ ਕੋਲ 2 ਹੀ ਗੱਡੇ ਸੀਗੇ, ਇੱਕ ਗੱਡਾ ਉਹਨੂੰ ਆ ਗਿਆ, ਇੱਕ ਗੱਡਾ ਸਾਡੇ ਕੋਲ ਸੀ। ਉਸ ਵੇਲੇ ਲੱਕੜ ਦੇ ਪਹੀਏ ਹੁੰਦੇ ਸੀ, ਟਾਇਰ ਨਹੀਂ ਸੀ ਹੁੰਦੇ। ਬਹੁਤ ਜ਼ਿਆਦਾ ਜੋੜੀਆਂ 2 ਉਹਨੂੰ ਆ ਗਈਆਂ, 2 ਸਾਨੂੰ ਆ ਗਈਆਂ, ਅਤੇ 1 ਬੋਤੀ ਸਾਡੇ ਕੋਲ ਆ ਗਈ, 1 ਬੋਤੀ ਉਹਨੂੰ ਚਲੀ ਗਈ। ਅਤੇ ਅਸੀਂ ਫਿਰ ਜਦੋਂ ਅਸੀਂ ਗੱਡੇ 'ਤੇ ਸਮਾਨ ਪਾਇਆ ਇੱਕੋ ਹੀ ਸਾਡੇ ਕੋਲ, ਅਤੇ ਉਹ ਗੱਡੇ 'ਚ ਸਮਾਨ ਕੀ ਪੈਣਾ ਸੀ, ਮਾੜੇ ਮੋਟੇ ਲੀੜੇ ਪਾ ਲਏ, ਲੀੜੇ ਪਾ ਕੇ ਅਤੇ ਜਦੋਂ ਅਸੀਂ ਗੱਡਾ ਜੋੜਿਆ, ਮੀਂਹ ਪੈਣ ਲੱਗ ਪਿਆ, ਗੱਡਾ ਮੈਂ ਦਲਾਨ 'ਚ ਖੜ੍ਹਾ ਕਰਤਾ। ਦਲਾਨ ਸਾਡਾ ਜਿਹੜਾ ਸੀਗਾ ਉਹ 9 ਲਟਾਣਿਆਂ 'ਤੇ ਸੀਗਾ, ਉਹਦੇ 'ਚ ਬਹੁਤ ਗੱਡੇ ਖੜ੍ਹ ਜਾਂਦੇ ਸੀ। ਬਾਕੀ ਜਟਾਣੇ ਵਾਲਿਆਂ ਨੇ ਜਿਹੜੇ ਜਾਣਦੇ ਉਹਨਾਂ ਨੇ ਗੱਡੇ ਖੜ੍ਹੇ ਕਰਤੇ ਉੱਥੇ, ਅਤੇ ਮੈਂ ਬਾਈ ਜੀ ਨੂੰ ਆਪਣੇ ਬਾਪੂ ਨੂੰ ਬਾਈ ਜੀ ਕਹਿੰਦਾ, ਮੈਂ ਬਾਈ ਜੀ ਨੂੰ ਕਿਹਾ ਬਾਈ ਜੀ ਤਾਂ ਸਮਾਨ ਹੀ ਮਸਾਂ ਆਪਣਾ ਥੋੜ੍ਹਾ ਜਿਹਾ ਪਿਆ, ਅਤੇ ਜੇ ਆਪਾਂ ਖਾਵਾਂਗੇ ਰਾਹ 'ਚ ਕੀ ਆਟਾ ਕਿੱਥੇ ਪਾਵਾਂਗੇ। ਉਹ ਮੈਨੂੰ ਕਹਿੰਦਾ ਵੀ ਚੱਲ ਆਪਾਂ ਸਲੂਣੀਓਂ ਗੱਡਾ ਲੈ ਆਉਂਦੇ। ਅਸੀਂ ਉਹਨੂੰ ਘੋੜੀ 'ਤੇ ਮੈਂ ਬਿਠਾ ਲਿਆ, ਮੈਂ ਘੋੜੀ ਮੂਹਰੋਂ ਫੜ ਲਈ ਅਤੇ ਅਸੀਂ ਸਲੂਣੀ ਤੁਰ। ਸਾਨੂੰ ਲੋਕਾਂ ਨੇ ਬਹੁਤ ਹਟਾਇਆ ਵੀ ਸਲੂਣੀ ਮਾਰ ਦੇਣਗੇ, ਮੁਸਲਮਾਨਾਂ ਦੇ ਪਿੰਡ ਜਾਣਾ ਸੀਗਾ, ਜਾਗਲੀ ਸੀ। ਸਾਡੇ ਬਜ਼ੁਰਗ ਕਹਿੰਦੇ ਵੀ ਨਹੀਂ ਆਪਾਂ ਨੂੰ ਕੋਈ ਨਹੀਂ ਮਾਰਦਾ, ਤੁਸੀਂ ਚੱਲ ਉੱਥੇ। ਅਸੀਂ ਉੱਥੇ ਗਏ ਅਤੇ ਜਿਹੜੇ ਉਹ ਜਾਂਗਲੀ ਸੀਗੇ ਉਹ ਜਟਾਣਾ, ਮਨਪੁਰ ਅਤੇ ਆਸਾਂ ਨੂੰ ਲੁੱਟਣ ਗਏ ਹੋਏ ਸੀ, ਕਿ ਸਾਰੇ ਪਿੰਡ ਉੱਠ ਕੇ ਸਾਡੇ ਪਿੰਡ 'ਚ ਆ ਗਏ ਸੀ। ਉਹ ਉੱਥੇ ਲੁੱਟਣ ਗਏ ਅਤੇ ਅਸੀਂ ਉੱਥੇ ਬਹਿ ਗਏ। ਜਦੋਂ ਅਸੀਂ ਉੱਥੇ ਬੈਠੇ ਤਾਂ ਜਾਂਗਲੀਆਂ ਦੇ ਬੁੱਢੇ ਜਿਹੜੇ ਸਾਡੇ ਕੋਲ ਡਰਦੇ ਹੁੰਦੇ ਨਿੱਕੇ ਨਿੱਕੇ, ਉਹ ਆ ਕੇ ਕਹਿਣ ਲੱਗ ਪਏ, ਸਿਖੜੇ ਆ ਗਏ, ਸਿਖੜੇ ਆ ਕੇ ਉੱਚੀ ਉੱਚੀ ਬੋਲਣ ਲੱਗ ਪਏ। ਜਦ ਨੂੰ ਉਹ ਜੋੜੇ ਦੇ ਘਰੋਂ ਸਾਦੇ, ਉਹਨਾਂ ਦੀ ਮਾਂ ਨਿਕਲੀ, ਉਹਨੇ ਮੁੰਡਿਆਂ ਨੂੰ ਕੁੱਟ ਕੇ ਮੋੜਿਆ। ਅਤੇ ਦਿਨ ਛਪੇ ਤੋਂ ਬਾਅਦ ਇਹ ਜਟਾਣੀ ਤੋਂ ਲੁੱਟ ਕੇ ਸਾਦਾ, ਰਾਜਾ, ਕਰਦਾ, ਇਹ 3 ਮੁੰਡੇ ਆਏ। ਜਦੋਂ ਉਹ ਆ ਗਏ, ਆ ਕੇ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਕਿਹਾ ਵੀ ਸਰਦਾਰ ਆਪਣੇ ਘਰ ਬੈਠਾ, ਕਿਉਂਕਿ ਸਾਡੀ ਉਹ ਜ਼ਮੀਨ ਵਾਹੁੰਦੇ ਸੀ। ਉਹ ਜ਼ਮੀਨ 'ਤੇ ਸਾਡੇ ਮੈਂਬਰ ਬਣਾਏ ਹੋਏ ਸੀ, ਜੋ ਬਟਾਈ ਸਟਾਈ ਉਹ ਹੀ ਲੈਂਦੇ ਸੀ, ਸਾਨੂੰ ਉਹ ਪੱਕੀ ਪਕਾਈ ਫਸਲ ਆ ਕੇ ਪੈਸੇ ਦੇ ਦਿੰਦੇ ਸੀ ਘਰ। ਅਤੇ ਉਹ ਸਾਡੇ ਕੋਲ ਆਇਆ ਰਾਜਾ, ਆ ਕੇ ਰਾਜਾ ਸਾਦਾ ਕਹਿਣ ਲੱਗੇ ਵੀ ਕਿਵੇਂ ਆਏ ਹਾਂ। ਅਸੀਂ ਉਹਨੂੰ ਕਿਹਾ ਵੀ ਸਾਡੇ ਸਮਾਨ ਬਹੁਤ ਪਿਆ ਘਰ 'ਚ, ਤੁਸੀਂ ਉਹ ਚੱਕ ਲਿਆਓ, ਅਤੇ ਸਾਡੇ ਕੋਲ ਤਾਂ ਗੱਡੇ 'ਚ ਕੁਛ ਨਹੀਂ ਪਿਆ, ਜਾਂ ਸਾਨੂੰ ਇੱਕ ਗੱਡਾ ਦਿਓ। ਉਹ ਕਹਿੰਦੇ ਵੀ ਤੁਸੀਂ ਗੱਡਾ ਸਾਨੂੰ ਦੱਸੋ, ਸਾਡੇ ਪਿੰਡ 'ਚ ਕਿਹਦੇ ਕੋਲ ਹੈ। ਮੈਂ ਉਹਨਾਂ ਨੂੰ ਦੱਸਿਆ ਵੀ ਫਲਾਨੇ ਜੋਪੂ ਕੋਲ ਗੱਡਾ ਹੈਗਾ, ਅਤੇ ਉਹ ਕਹਿੰਦਾ ਵੀ ਤੁਸੀਂ ਹੁਣ ਜਾਓ, ਅਸੀਂ ਗੱਡਾ ਲੈ ਕੇ ਆਉਂਦੇ ਹਾਂ। ਮੈਂ ਕਿਹਾ ਵੀ ਸਾਡੇ ਕੋਲ ਬਹੁਤ ਸਾਰੀ ਜੋੜੀ ਵੀ ਹੈ ਨਹੀਂ, ਜਿਹੜੀ ਜੋੜੀਆਂ 2 ਸੀ ਅਸੀਂ ਉਹਨੂੰ ਜੋੜ ਲਈਆਂ 2, ਰਾਜ ਭੁੱਖੇ 'ਚ ਆਏ ਬਹੁਤ ਸਾਰੇ ਜਾਣਾ। ਉਹ ਕਹਿੰਦਾ ਵੀ ਮੈਂ ਚੱਲ ਮੇਰੇ ਨਾਲ ਬਾਹਰ ਸਾਡੀ ਢੋਲ ਚੱਲ,
ਉਹ ਬਾਹਰ ਬੈਠੇ ਜਿਹੜੇ ਢੋ ਕਹਿੰਦੇ ਹੁੰਦੇ ਸੀ ਜਾਂਗਲੀ ਜਿੱਥੇ ਪਸ਼ੂਆਂ ਦੇ ਬੰਨੇ ਹੁੰਦੇ ਸੀ ਉੱਥੋਂ ਤਿੰਨ ਜੋੜੀਆਂ ਖੜੀਆਂ ਸੀ ਮੈਨੂੰ ਕਹਿੰਦੇ ਵੀ ਆਹ ਜੋੜੀਆਂ 'ਤੇ ਹੱਥ ਧਰਦੇ ਜਿਹੜੀ ਜੋੜੀ ਕਹਿੰਦੇ ਨੂੰ ਦੇ ਦਿੰਦੇ ਸੀ ਮੈਂ ਜਿਹੜੀ ਮਾੜੀ ਜੋੜੀ ਸੀ ਉਹ 'ਤੇ ਹੱਥ ਰੱਖਦੀ ਉਹ ਮੈਨੂੰ ਕਹਿਣ ਲੱਗੇ ਵੀ ਤੂੰ ਸਾਨੂੰ ਪਚਾਈ ਦੇਣਾ ਹੈ ਆਪਾਂ ਬਸ਼ਰਮ ਕਹਿੰਦੇ ਨੇ ਉਹ ਪਚਾਈ ਕਹਿੰਦੇ ਸੀ ਇਸ ਗੱਲ ਨੂੰ ਉਹ ਮੈਂ ਕਿਹਾ ਵੀ ਮੈਂ ਇਹ ਜੋੜੀ ਤਾਂ ਧਰਿਆ ਵੀ ਜਿਹੜੇ ਚੰਗੇ ਬੋਲਦੇ ਰਾਹ 'ਚ ਬਹਿ ਕੇ ਜਾਣੇ ਆ ਕੀ ਪਤਾ ਪੱਠੇ ਭੁੱਖੇ ਰਹਿਣ ਰੱਜੇ ਰਹਿਣ ਅਤੇ ਗਾਂ ਉੱਪੜ ਹੋਵੇ ਜਾਂ ਨਾ ਉੱਪੜ ਹੋਵੇ ਮੈਂ ਤਾਂ ਇਹ ਲੈਣ ਲੱਗਾ ਕਹਿੰਦਾ ਚੰਗਾ ਉਹ ਫਿਰ ਸਾਨੂੰ ਉਹਨੇ ਮੈਨੂੰ 700 ਰੁਪਈਆ ਦਿੱਤਾ ਅਤੇ ਜੋੜੀ ਬੋਲਦਾ ਅਤੇ ਗੱਡਾ ਕਹਿੰਦਾ ਤੇਰੇ ਮਗਰ ਮੈਂ ਲੈ ਆਉਣਾ ਅਤੇ ਤੁਸੀਂ ਚਲੋ ਪਿੰਡ ਮੈਂ ਤੇ ਬਾਪੂ ਜੀ ਆਪਦਾ ਪਿੰਡ ਆ ਗਏ ਪਿੰਡ ਆ ਕੇ ਅਸੀਂ ਉੱਥੇ ਦੱਸਿਆ ਅਤੇ ਉਹ ਗੱਡਾ ਲੈ ਕੇ ਆ ਗਏ ਸਵੇਰ ਨੂੰ ਸਾਜਰੇ ਅਤੇ ਅਸੀਂ ਉਹ ਗੱਡੇ ਦੇ ਉੱਤੇ ਸਮਾਨ ਰੱਖਿਆ ਫਿਰ ਮੀਂਹ ਪੈਣ ਲੱਗ ਪਿਆ ਦੂਜੇ ਦਿਨ ਮਾੜੇ ਜਿਹੇ ਕਣੀਆਂ ਪਈਆਂ ਸੀ ਉਹ ਗੱਡਾ ਜੋੜਿਆ ਉਹਦੀ ਜੋੜੀ ਬਹੁਤ ਮਾੜੀ ਸੀ ਜੋੜੀ ਮਾੜੀ ਸੀ ਅਤੇ ਉਹ ਮੈਂ ਕਿਹਾ ਵੀ ਇਹ ਤਾਂ ਗੱਡਾ ਉੱਥੋਂ ਤੱਕ ਨਹੀਂ ਆਉਣਾ ਮੈਂ ਉਹਦੇ ਬਾਪੂ ਨੂੰ ਕਿਹਾ ਉਹ ਕਹਿੰਦਾ ਵੀ ਚੱਲ ਆਪਾਂ ਸਰੂਣੀ ਫੇਰ ਚੱਲਦੇ ਹਾਂ ਅਸੀਂ ਫਿਰ ਮੁੜ ਕੇ ਜੂਜਣ ਸਰੂਣੀ ਚਲੇ ਗਏ ਸਵੇਰੇ ਸਾਜਰੇ ਜੋ ਜਾ ਕੇ ਉਹਨਾਂ ਨੂੰ ਕਿਹਾ ਉਹ ਕਹਿੰਦਾ ਵੀ ਫਿਰ ਤੁਸੀਂ ਜੋੜੀ ਦੱਸੋ ਸਾਡੇ ਕਿਹਦੇ ਗੱਡੇ 'ਤੇ ਖੜ੍ਹੀ ਆ ਮੈਂ ਕਿਹਾ ਵੀ ਜਿਹੜਾ ਫਲਾਣਾ ਦੁਕਾਨ ਹੈ ਕਿ ਅਸੀਂ ਆਪੋ ਵਿੱਚ ਹੀ ਆਉਂਦੇ ਜਾਂਦੇ ਸੀ ਉਹ ਦੁਕਾਨ ਦੇ ਘਰ ਨਵੀਂ ਜੋੜੀ ਪਈ ਸੀ ਇੱਕ ਮੈਂ ਕਿਹਾ ਵੀ ਉਹਦੇ ਘਰ ਨਵੀਂ ਜੋੜੀ ਗੱਡੇ ਦੀ ਪਈ ਆ ਤੁਸੀਂ ਉਹ ਲਿਆ ਕੇ ਪਾ ਦਿਓ ਉਹ ਦੂਜੇ ਦਿਨ ਆਪਦੇ ਹੋਰ ਗੱਡੇ 'ਤੇ ਲੱਦ ਕੇ ਸਾਡੇ ਪਿੰਡ ਜੋੜੀ ਉਹ ਲੈ ਕੇ ਆਏ ਜਦੋਂ ਅਸੀਂ ਉਹ ਪਹੀਏ ਲਾ ਕੇ ਜੋੜੀ ਪਾਉਣ ਲੱਗੇ ਉਹਦੀਆਂ ਧੁਰਾਂ ਮੋਟੀਆਂ ਸੀ ਉਹ ਜੋੜੀ ਨਵੀਂ ਸੀਗੀ ਉਹਦੇ ਛੱਲ ਪਤਲੇ ਸੀ ਉਹ ਨਾ ਪਈ ਅਤੇ ਸਾਡੇ ਬਾਪੂ ਨੇ ਕਿਹਾ ਵੀ ਦੁਕਾਨ ਨੂੰ ਲਿਆ ਕੇ ਜੋੜੀ ਸੁੱਲੀ ਖੁੱਲ੍ਹੀ ਕਰਾ ਦਿਓ ਉਹ ਫਿਰ ਜਾ ਕੇ ਸੁਰਣੀ 'ਚੋਂ ਦੁਕਾਨ ਨੂੰ ਲੈ ਕੇ ਆਏ ਉਦੋਂ ਉਸ ਵੇਲੇ ਦੁਕਾਨ 'ਤੇ ਲੁਹਾਰ ਡੋਡੀ ਕੰਮ ਕਰਦੇ ਹੁੰਦੇ ਸੀ ਉਹ ਦੁਕਾਨ ਨੇ ਆ ਕੇ ਜੋੜੀ ਦੇ ਸੱਲ ਖੁੱਲ੍ਹੇ ਕਰਕੇ ਅਤੇ ਜੋੜੀ ਉਹ ਪਛਾੜਤੀ ਪੁਰਾਣੀ ਜੋੜੀ ਜਿਹੜੀ ਉਹ ਲੈ ਗਏ ਗੱਡੀ 'ਤੇ ਲੱਦ ਕੇ ਅਤੇ ਦੂਜੇ ਦਿਨ ਅਸੀਂ ਇੱਥੇ ਬਾਹਰ ਨੂੰ ਆਉਣਾ ਸੀ ਲਹਿਰ ਪੁਰਾਣੀ ਸੜਕ ਆਉਂਦੀ ਉਸ 'ਤੇ ਚੜ੍ਹਨਾ ਸੀ ਅਤੇ ਉਹ ਜਦੋਂ ਅਸੀਂ ਬਾਹਰ ਨੂੰ ਗੱਡੇ ਧੱਕੀਏ ਬਹੁਤ ਦੂਰ ਤੁਰਨਾ ਅਤੇ ਉਹਨਾਂ ਜਾਂਗਲੀਆਂ ਨੇ ਗੱਡਾ ਧੱਕੇ ਅੱਡਾ ਪੱਕੀ 'ਤੇ ਚਾੜਿਆ ਜਦੋਂ ਅਸੀਂ ਥੋੜ੍ਹੀ ਦੂਰ ਆਏ ਅਤੇ ਲੋਕ ਕਹਿਣ ਲੱਗੇ ਵੀ ਆਪਾਂ ਲੈਲਪੁਰ ਨੂੰ ਨਾ ਚੱਲੀਏ ਉੱਥੇ ਲੁੱਟ ਖੋਹ ਜ਼ਿਆਦਾ ਹੁੰਦੀ ਹੈ ਆਪਾਂ ਸਿੱਧੇ ਤਾਂਗਲੇ ਨੂੰ ਹੋ ਜਾਈਏ ਇੱਥੋਂ ਅਸੀਂ ਉੱਥੋਂ ਕੱਚੇ ਰਾਹ ਪਾ ਕੇ ਤਾਂਗਲੇ ਨੂੰ ਸਿੱਧੇ ਹੋ ਗਏ ਨਹਿਰ ਦੇ ਨਾਲ ਨਾਲ ਜਿਹੜੀ ਸਾਡੇ ਕੋਲ ਨਹਿਰ ਜਾਂਦੀ ਉਹ ਤਾਂਗਲੇ ਤੋਂ ਆਉਂਦੀ ਸੀ ਉਮਰ ਕਿੰਨੀ ਸੀ ਤੁਹਾਡੀ ਮੇਰੀ ਉਮਰ 18-20 ਸਾਲ ਦੀ ਸੀ ਮੇਰਾ ਵਿਆਹ ਹੋਇਆ ਸੀ ਇੱਕ ਮੇਰੇ ਮੁੰਡਾ ਸੀ ਅਤੇ ਅਸੀਂ ਜਦੋਂ ਉੱਥੇ ਆਏ ਉੱਥੇ ਆ ਕੇ ਗਾਂ ਇੱਕ ਪਿੰਡ ਸੀ ਉਹਦੇ ਪਿੰਡ ਦੇ ਵਿੱਚ ਬੈਠੇ ਆ ਕੇ ਉਹਦੇ ਚਾਰ ਚੁਫੇਰੇ ਟਿੱਬੇ ਸੀਗੇ ਵਿਚਾਲੇ ਪੱਧਰ ਥਾਂ ਸੀਗਾ ਅਸੀਂ ਉੱਥੇ ਬਹਿ ਗਏ ਅਤੇ ਸਾਨੂੰ ਕਿਸੇ ਨੇ ਆ ਕੇ ਦੱਸਤਾ ਵੀ ਇੱਥੇ ਜੰਗ ਮੁਸਲਮਾਨ ਬਿਠਾ ਦਿੰਦੇ ਆ ਅਤੇ ਰਾਤ ਨੂੰ ਸਾਰਿਆਂ ਨੂੰ ਮਾਰ ਦਿੰਦੇ ਅੱਗੇ ਵੀ ਕਈ ਕਰਪੇ ਨੇ ਲੁੱਟੇ ਅਤੇ ਸਾਡੇ ਉੱਥੋਂ ਲਾਲਾ ਹੋ ਗਈ ਉਦੋਂ ਅਸੀਂ ਗੱਡੇ ਜੋੜ ਕੇ ਉੱਥੋਂ ਅਸੀਂ ਉੱਠ ਖੜੇ ਉੱਠ ਕੇ ਅਸੀਂ ਫਿਰ ਗਾਹਾਂ ਜਾ ਕੇ ਤਕੜੀ ਦੂਰ ਦੇਖੇ ਨੇੜੇ ਆਉਂਦੇ ਤਾਂ ਗੱਡੇ ਤੁਰੇ ਗਏ ਫਿਰ ਸਾਰੇ ਗੱਡੇ ਇੱਕ ਥਾਂ ਖੜ੍ਹੇ ਕਰਕੇ ਅਸੀਂ ਬੈਠੇ ਕਿਉਂਕਿ ਸਾਡੇ ਕੋਲ ਤੋਪਾਂ ਵੀ ਸੀਗੀਆਂ ਬੰਬ ਵੀ ਸੀਗੇ ਤੋਪਾਂ ਜਿਹੜੀਆਂ ਸਾਡੀਆਂ ਬਣਾਈਆਂ ਹੋਈਆਂ ਸੀਗੀਆਂ ਜਿਹੜੇ ਐਕਸਲ ਸੀਗੇ ਮੋਟਰ ਦੇ ਵਿੱਚ ਹੁੰਦੇ ਥੱਲੇ ਇਹਦੀਆਂ ਦੋ ਤੋਪਾਂ ਬਣ ਜਾਂਦੀਆਂ ਜਿਹੜੇ ਟਾਇਰਾਂ ਨੂੰ ਚੱਲਦੇ ਸੀਗੇ ਉਹ ਵਿਚਾਲਿਓਂ ਵੱਢ ਕੇ ਦੋ ਤੋਪਾਂ ਬਣਾ ਲੈਂਦੇ ਸੀ ਉਹਦੇ ਵਿੱਚ ਇੱਕ ਬਰੀਕ ਸੱਲ ਕੱਢ ਕੇ ਇੱਕ ਮੇਰਾ ਭਰਾ ਛੋਟਾ ਸੀਗਾ ਉਹ ਸਿੱਖਿਆ ਸੀ ਇਹ ਕੰਮ ਅਤੇ ਦੋ ਸਾਡੇ ਕੋਲ ਫੌਜੀ ਸੀ ਉਹਨਾਂ ਨੇ ਬਣਾਈਆਂ ਸੀ ਇੱਕ ਅਸੀਂ ਗਰਾਰੀਆਂ ਜਿਹੜੀਆਂ ਚਾਲਾਂ ਮਸ਼ੀਨਾਂ ਦੀਆਂ ਉਹ ਲੈ ਲਈਆਂ ਸੀ ਬਹੁਤ ਸਾਰੀਆਂ ਲਿਆਂਦੀਆਂ ਖਰੀਦ ਲਿਆਂਦੀਆਂ ਲੋਕਾਂ ਨੇ ਘਰੋਂ ਕੱਢ ਲਿਆ ਸੀ ਉਹਨਾਂ ਸਾਰਿਆਂ ਦੇ ਵਿੱਚ ਚਾਲਾ ਇਹਦਾ ਕੱਟ ਕੇ ਲੋਹੇ ਦਾ ਉਹ ਵਿੱਚ ਪਾ ਦੇਣਾ ਅਤੇ ਵਿਚਾਲੇ ਉਹਦੇ ਬਰੂਦ ਅਤੇ ਪਟਾਸ ਉਹ ਪਾ ਕੇ ਅਤੇ ਉਹ 'ਚ ਬੱਤੀ ਜਿਹੜੀ ਦੀਵੇ ਦੀ ਹੁੰਦੀ ਸੀਗੀ ਅਸੀਂ ਉਹ ਪਾ ਦਿੱਤੀ ਉਹ ਉਸਨੂੰ ਅੱਗ ਲਾ ਦੇਣੀ ਲੱਗ ਲਾ ਕੇ ਅਤੇ ਜਿਹੜੇ ਉਹ ਕੈਂਕਰਾਂ ਵੱਢ ਕੇ ਸਾਡੀਆਂ ਪਾਈਆਂ ਹੁੰਦੀਆਂ ਸੀ ਉਹ ਚਾਲ ਦੇ ਵਿੱਚ ਜਦੋਂ ਉਹਨੂੰ ਅੱਗ ਲਾਉਣੀ ਅਤੇ ਉਹਨੂੰ ਸਿਰਦਣਾ ਸੀ ਉਹ ਅੱਗ ਜਿਹੜੀ ਆ ਕੇ ਬਰੂਦ ਅਤੇ ਪਟਾਸ ਨੂੰ ਲੱਗਣੀ ਅਤੇ ਉਹਨੇ ਪਟਾਕਾ ਬਹੁਤ ਵੱਡਾ ਪਾ ਦੇਣਾ ਇਸੇ ਕਰਕੇ ਅਸੀਂ ਜਿਹੜਾ ਸਰੂਣੀ ਚੱਕ ਜਦੋਂ ਸਾਡੇ ਕੋਲ ਉੱਥੇ ਆਇਆ ਉਹ ਸਾਨੂੰ ਲੁੱਟਣ ਆਉਂਦਾ ਸੀਗਾ ਉਹਦੇ 500 ਘੋੜ ਸਵਾਰ ਆ ਗਿਆ ਸੀ ਅਤੇ ਅਸੀਂ ਉਹ ਜਿਹੜੀਆਂ ਚਾਲਾਂ ਉੱਥੇ ਸਿੱਟੀਆਂ ਜਾ ਕੇ ਤਿੰਨ
जो तीन सीटियां उन्हें खूब 10-15 फुट डूंगा पटता ते खड़का बहुत ज्यादा होया। सलूनिया सारे भज के साग मामदा पिंड सी कोले उत्थे जा वड़े ते सानू लुट्टन कोई नहीं आया। सवेर नू सलूनी दी पचायत साडे पिंड च आ गई। वह पचायत आ के पिंड दे विच साडे नाल खैर सलाह कर गई। जो खैर सलाह कहिंदे सी उहदा माड़ा नहीं सी करदे। असीं उस थकावे पिंड च बैठे रहे ते पिंड चो फिर असीं उठ के आए। जिहड़ी उह गल इह पहलां करनी सी जिहदे मगरों मैनूं चेता आया इसका। असीं जदों गहां खुंडे वाला मोड़ आ गया, खुंडे वाले मोड़ से जदों आए ते गहां उत्थों इक तां लौड़ों छड़ के जांदी सी उत्थे। जिहड़े इधर ले जिले सी उह सारे उस खुंडे वाले मोड़ से आउंदे। उधरों लैलपुर गोजरा ये सारे पिंड उधरों इधर नूं आउंदे। उत्थे बहुत सारा वड्डा काफला हो गया। काफला मेरा ख्याल हो 8-10 मील हो गया, इन्ने गड्ढे हो गए। ते उत्थे फिर जल नूं नहर दा इक पुल टुट गया। फिर जो खुंडे वाले मोड़ ते ही बैठे रहे। आ जिहड़ी मैं अग्गे तुहानूं गल सुणाई है इह उस मोड़ ते ही मैं सौदे लैण गया पिंड चों। उत्थों गल सुणा के फिर मैं गांह गया ते इह गल उह सुणाई सी। ਉਦੋਂ ਬਾਅਦ ਅਸੀਂ ਜਦ ਨੂੰ ਪੁਲ ਬਣ ਗਿਆ ਸੀ ਉਦੋਂ ਪੁਲ ਤੋਂ ਤੁਰ ਪਏ। ਕਿੰਨਾ ਚਿਰ ਲੱਗ ਗਿਆ ਪੁਲ ਬਣਦੇ ਨੇ? ਪੁਲ ਬਣਦੇ ਨੇ ਇੱਕ ਮਹੀਨਾ ਪੂਰਾ ਬੈਠੇ ਰਹੇ ਉੱਥੇ ਬੈਠੇ ਇਹ ਤੋਂ ਵੀ ਉੱਤੇ 5-7 ਦਿਨ ਉਸ ਖੂੰਡੇ ਵਾਲੇ ਮੋੜ ਤੇ। ਤੇ ਉੱਥੇ ਹੀ ਆਏ ਜਦੋਂ ਗੁਰਦਾਸਪੁਰ ਦੇ ਜਿਹੜੇ ਬੰਦੇ ਸੀ ਉਹਨਾਂ ਘੋੜੀ 100-100 ਸੀਗੀ। ਉਹਨਾਂ ਘੋੜੀਆਂ ਤੇ ਉਹ ਆਏ ਬੰਦੇ ਘੋੜੀਆਂ ਉਹਨਾਂ ਕੋਲ 100-100 ਸੀਗੀਆਂ ਉਸ ਵੇਲੇ। ਉਹ ਘੋੜੀਆਂ ਲੈ ਕੇ ਉੱਥੇ ਆ ਗਏ। ਅਸੀਂ ਉੱਥੇ ਇੱਕ ਮਹੀਨਾ ਪੂਰਾ 1 ਮਹੀਨੇ ਤੋਂ 5-10 ਦਿਨ ਉੱਥੇ ਬੈਠੇ ਰਹੇ। ਉਹ ਕੀ ਲੈਣ ਆਏ ਸੀ ਬੰਦਿਆਂ ਨੂੰ ਕੀ ਕਰਨਾ ਹੈ? ਨਾ ਉਹ ਘੋੜੀਆਂ ਪਿੰਡ ਛੱਡ ਕੇ ਆਏ ਨਾ, ਉਹਨਾਂ ਘੋੜੀਆਂ ਇੰਨੀਆਂ ਸੀ ਉੱਧਰ। ਕਿੱਧਰ? ਲੈਲਪੁਰ ਵੱਲ? ਲੈਲਪੁਰ ਤੋਂ ਵੀ ਗੁਰਦਾਸਪੁਰ ਜ਼ਿਲ੍ਹਾ ਗਾਹਾਂ ਸੀ। ਲਾਹੌਰ ਤੋਂ ਲੈਲਪੁਰ ਇੱਕ ਪਾਸੇ ਰਹਿ ਜਾਂਦਾ, ਲੈਲਪੁਰ ਗੁਜਰਾ ਲਾਹੌਰ ਤੋਂ ਗੁਰਦਾਸਪੁਰ ਨੂੰ ਜਾਈਏ ਉੱਧਰ ਦੂਜੇ ਪਾਸੇ ਹੋ ਜਾਂਦਾ। ਤੇ ਉੱਥੇ ਉਹ ਵੀ ਆਏ ਹੋਏ ਸੀ, ਅਸੀਂ ਵੀ ਸੀਗੇ। ਤੇ ਅਸੀਂ ਉਹ ਜਦੋਂ ਸਵੇਰ ਤੁਰੇ ਹਾਂ ਮਹੀਨੇ ਮਗਰੋਂ, ਸਾਡੇ ਚੋਂ ਇੱਕ ਸਾਡੇ ਪਿੰਡ ਦਾ ਜੈਬ ਸੀਗਾ, ਉਹ ਫੀਮ ਖਾਂਦਾ ਸੀ। ਉਹਦੀ ਫੀਮ ਮੁੱਕੀ ਹੋਈ ਸੀ, ਉਹ ਮਿਲਟਰੀ ਨੇ ਫੜ ਲਿਆ। ਉਹਨੂੰ ਫੀਮ ਖਿਲਾ ਕੇ ਉਹਨੂੰ ਗੱਲਾਂ ਪੁੱਛਣ ਲੱਗ ਪਏ ਵੀ ਤੁਹਾਡੇ ਪਿੰਡ 'ਚ ਕੌਣ ਵੱਡਾ, ਕੌਣ ਤੁਹਾਡੇ ਪਿੰਡ 'ਚ ਲੰਬੜਦਾਰ ਆ। ਉਹਨੇ ਸਾਡਾ ਨਾਂ ਲੈ ਦਿੱਤਾ ਵੀ ਸਰਦਾਰ ਭੂਲ ਸਿੰਘ ਲੰਬੜਦਾਰ ਆ। ਉਹਨੇ ਉਹਨੂੰ ਨਾਲ ਲੈ ਕੇ ਉਹਨਾਂ ਨੇ ਸਾਡਾ ਗੱਡਾ ਘੇਰ ਲਿਆ, ਗੱਡਾ ਸਾਡਾ ਘੇਰ ਕੇ ਤੇ ਮੈਨੂੰ ਗੱਡੇ ਚੋਂ ਬਾਹਰ ਵਿੱਚੋਂ ਜ਼ਾਰ ਚੋਂ ਬਾਹਰ ਕੱਢ ਲਿਆ। ਬਾਹਰ ਕੱਢ ਕੇ ਮੈਨੂੰ ਕਹਿੰਦੇ ਵੀ ਆਪਦਾ ਦਿਖਾਲ, ਤੂੰ ਮਾਮਲਾ ਦੇ ਕੇ ਆਇਆ ਜਾਂ ਨਹੀਂ ਦੇ ਕੇ ਆ, ਤੇਰੀ ਜਿਹੜੀ ਕੁੰਡੀ ਵਾਲੀ ਘੋੜੀ ਉਹ ਕਿੱਥੇ ਆ? ਕੁੰਡੀ ਵਾਲੀ ਘੋੜੀ ਜਿਹੜੀ ਸੀ ਉਹ ਸਾਡੇ ਕੋਲੇ ਹੁੰਦੀ ਸੀ। ਮੇਰਾ ਛੋਟਾ ਭਰਾ ਜਗਤਾਰ ਸੀਗਾ ਜਿਹੜਾ ਜੂਬਾ ਸਿਟੀ 'ਚ ਇਸ ਵੇਲੇ ਇੱਥੇ ਆ, ਹੁਣ ਤਾਂ ਮਰ ਗਿਆ। ਉਹ ਬੈ ਲੈ ਕੇ ਮਹੀਆਂ ਲੈ ਕੇ ਆਇਆ। ਮੈਂ ਕਿਹਾ ਵੀ ਘੋੜੀਆਂ ਦੀ ਲੰਬੜਦਾਰੀ ਹੈ ਨਹੀਂ, ਘੋੜੀ ਸਾਡੇ ਕੋਲ ਕੋਈ ਨਹੀਂ। ਮੇਰੇ ਬਾਪੂ ਦੀਆਂ ਅੱਖਾਂ ਦੌਖਦੀਆਂ ਸੀ, ਜਿਹਨੂੰ ਅਸੀਂ ਬਾਈ ਜੀ ਕਹਿੰਦੇ ਸੀ ਹੁਣ, ਅਤੇ ਉਹਦਾ ਨਾਂ ਸਰਦਾਰ ਭੂਲ ਸਿੰਘ ਸੀਗਾ। ਉਹ ਮੈਨੂੰ ਕਹਿਣ ਲੱਗਾ ਬਈ ਇਹ ਕੌਣ ਹੈ? ਮੈਂ ਕਿਹਾ ਵੀ ਇਹ ਮਿਲਟਰੀ ਵਾਲੇ ਆ, ਆਪਾਂ ਨੂੰ ਆਹ ਗੱਲ ਕਹਿੰਦੇ ਆ। ਉਹ ਕਹਿੰਦਾ ਅੱਛਾ। ਉਹ ਕਲਮਾ ਜਾਣਦਾ ਸੀ ਮੁਸਲਮਾਨਾਂ ਦਾ, ਜਿਹੜਾ ਉਹਦਾ ਸੀਗਾ ਇਹ ਕਲਮਾ ਸਾਰਾ ਪੜ੍ਹ ਲੈਂਦਾ। ਉਹਨੇ ਕਲਮਾ ਪੜ੍ਹਨਾ ਸ਼ੁਰੂ ਕਰਤਾ। ਜਦੋਂ ਉਹਨੇ ਕਲਮਾ ਸ਼ੁਰੂ ਕਰਤਾ ਪੜ੍ਹਨਾ ਤੇ ਜਿਹੜੇ ਫੌਜੀ ਸੀਗੇ ਉਹ ਆਪਦੇ ਬੂਟ ਬਾਟ ਲਾ ਕੇ ਕੰਨਾਂ ਨੂੰ ਹੱਥ ਲਾ ਕੇ ਨਮਾਜ਼ ਪੜ੍ਹਨ ਲੱਗ ਪਏ, ਕਦੇ ਠਾਂ ਹੋਣ ਲੱਗ ਪਏ, ਕਦੇ ਤਾਂ ਹੋਣ ਲੱਗ ਪਏ। ਮੈਂ ਕਹਿੰਦਾ ਵੀ ਹੁਣ ਸਾਡਾ ਕੰਮ ਇਹ ਚੱਲ ਦਾਦੂ ਜਾਦੂ ਚੱਲ ਗਿਆ। ਉਹ ਮੈਨੂੰ ਕਹਿੰਦੇ ਕੌਣ ਹੈ ਇਹ? ਮੈਂ ਕਿਹਾ ਸਾਡੇ ਗੁਰਦੁਆਰੇ ਦਾ ਭਾਈ ਹੈ। ਕਹਿੰਦੇ ਫਿਰ ਅਸੀਂ ਤਾਂ ਤੁਹਾਨੂੰ ਐਂ ਕਰਕੇ ਫੜਿਆ ਵੀ ਨੰਬਰਦਾਰ ਆ, ਸਾਨੂੰ ਨੰਬਰਦਾਰ ਦੱਸ ਕੌਣ ਹੈ? ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਨੰਬਰਦਾਰ ਨਹੀਂ ਗਏ, ਨੰਬਰਦਾਰ ਜਿਹਦੇ ਮੂਹਰੇ ਬੋਤੀ ਜੋੜੀ ਹੋਈ ਹੈ ਗੱਡੇ ਦੇ ਉਹ ਨੰਬਰਦਾਰ ਆ, ਉਹ ਮੇਰਾ ਭਰਾ ਸੀ ਵੱਡਾ ਜਗਜੀਤ ਸਿੰਘ ਸੀ ਨਾਂ ਉਹਦੇ। ਮੈਂ ਕਿਹਾ ਵੀ ਜੇ ਹੋਰ ਕਿਸੇ ਦਾ ਨਾਂ ਲਿਆ ਉਹਨੇ ਫਿਰ ਸਾਡਾ ਨਾਂ ਲੈ ਲੈਣਾ, ਅਤੇ ਅਸੀਂ ਉਹਦਾ ਨਾਂ ਲੈ ਤਾ ਵੀ ਆਪੇ ਉਹਨੂੰ ਬੰਦ ਪੜੀ ਕੱਢਣਗੇ ਅਤੇ ਅਸੀਂ ਆਪੇ ਬੇਗਾਨ ਨਿਕਲ ਜਾਣੇ। ਉਹ ਸਭ ਤੋਂ ਮੂਹਰੇ ਸੀਗਾ ਕਿ ਉਸ ਵੇਲੇ ਮਗਰ ਸੀ, ਜੋ ਸਾਡਾ ਗੱਡਾ ਬਾਹਰ ਕੱਢਿਆ ਫਿਰ ਮੂਹਰੇ ਹੋ ਗਿਆ। ਅਤੇ ਜਦੋਂ ਅਸੀਂ ਉੱਧਰੋਂ ਤਾਂ ਉਹਨਾਂ ਮਿਲਟਰੀ ਨੇ ਜਾ ਕੇ ਉਹਦਾ ਗੱਡਾ ਘੇਰ ਲਿਆ ਅਤੇ ਉੱਧਰੋਂ ਅਸੀਂ ਉਹਦੇ ਕੋਲ ਚਲੇ ਗਏ। ਉਹਦੇ ਉੱਤੇ ਸਾਡੇ ਗੁਰਦੁਆਰੇ ਦਾ ਭਾਈ ਜੀ ਬੈਠਾ ਸੀ ਸਾਡਾ ਆਪਣਾ 527 ਵਾਲਾ।
ਜਦੋਂ ਉੱਥੇ ਗਿਆ ਉਹਨਾਂ ਨੇ ਮਿਲਟਰੀ ਨੇ ਘੇਰਿਆ ਅਤੇ ਜਿਹੜਾ ਭਾਈ ਸੀਗਾ ਉਹ ਮੈਨੂੰ ਹੱਥ ਤਾਂ ਚੱਕ ਕੇ ਕਹਿਣ ਲੱਗਾ ਵੀ ਮੇਰੇ ਕੋਲ 500 ਰੁਪਈਆ ਹੈ। ਮੈਂ ਉਹਨੂੰ ਦੋਵੇਂ ਹੱਥ ਕਰਕੇ ਕਿਹਾ ਬਈ ਬੋਲੀ ਨਾ, ਤਾਂ ਤੂੰ 1000 ਲੈ ਲਈ, ਤੂੰ ਉੱਤੇ ਬੈਠਾ ਰਿਹਾ, ਤੈਨੂੰ ਕਹਿੰਦੇ ਕੁਛ ਨਹੀਂ। ਅੱਛਾ, ਉਹ ਮਿਲਟਰੀ ਵਾਲੇ ਨੇ ਜਦੋਂ ਉਹਦਾ ਗੱਡਾ ਬਾਹਰ ਕੱਢਿਆ ਅਤੇ ਉਹਦੇ ਗੱਡੇ ਦੇ ਵਿੱਚ ਸਾਡੀ ਤੂੜੀ ਸੀ, ਬੋਰੀ ਖੰਡ ਦੀ ਸੀ, ਉੱਧਰ ਚਾਹ ਸੀ, ਆਟਾ ਸੀ ਬੋਰੀ, ਅਤੇ ਬਾਕੀ ਕਈਆਂ ਕਮੀਆਂ ਦਾ ਸਮਾਨ ਸੀ ਵਿੱਚ, ਜਿਹੜੀਆਂ ਮਸ਼ੀਨਾਂ ਲੀੜੇ ਸਿਉਣ ਵਾਲੀਆਂ ਉਹ ਹੁੰਦੀਆਂ ਸੀ, ਇੱਕ ਨਾਈਆਂ ਦੀ ਕੁੜੀ ਸਾਡੇ ਘਰ ਕੰਮ ਕਰਦੀ ਉਹਦੀ ਸੀ। ਉਹਨੂੰ ਉਹਨਾਂ ਨੇ ਫੜ ਲਿਆ ਅਤੇ ਉਹਨਾਂ ਜਦੋਂ ਉਹਨਾਂ ਨੇ ਤਲਾਸੀ ਲਈ, ਉਹ ਤਲਾਸੀ ਲੈਣ ਲੱਗ ਪਏ, ਮੈਂ ਜਿਉਂ ਗੱਡਾ ਭਜਾਇਆ ਅਸੀਂ ਰਾਵੀ ਦੇ ਪੁਲ 'ਤੇ ਆ ਗਏ ਸੀ, ਸਤਲੁਜ ਤੋਂ ਟੱਪਣਾ ਸੀਗਾ, ਦਰਿਆ ਦੇ ਪੁਲ 'ਤੇ ਆ ਗਏ ਸੀਗੇ। ਅਤੇ ਉਹਨਾਂ ਨੇ ਜਦੋਂ ਸਮਾਨ ਦੇਖਿਆ ਉਹਦੇ ਵਿੱਚ ਕੁਛ ਵੀ ਨਹੀਂ ਸੀ, ਉਹ ਮੇਰੇ ਵੱਲ ਨੂੰ ਭੱਜੇ, ਅਸੀਂ ਗੱਡਾ ਭਜਾ ਕੇ ਉਹਦਾ ਦਰਿਆ ਦਾ ਪੁਲ ਸੀ ਉਹਦੇ ਅੱਧ 'ਚ ਮੈਂ ਆ ਗਈ, ਅੱਧ ਤੋਂ ਥੋੜ੍ਹਾ ਹੀ ਪਿੱਛੇ ਸੀਗਾ। ਅਤੇ ਉਹ ਮੈਨੂੰ ਕਹਿੰਦੇ ਗੱਡਾ ਖੜ੍ਹਾ ਕਰ ਪਿੱਛੇ ਮੋੜ, ਉੱਧਰੋਂ ਆਪਣੀ ਮਿਲਟਰੀ ਜਿਹੜੀ ਆ ਉਹ ਦਰਿਆ ਦੇ ਪੁਲ ਦੇ ਉੱਤੇ ਖੜ੍ਹੀ ਸੀ, ਦਰਿਆ ਦੇ ਪੁਲ 'ਤੇ ਖੜ੍ਹੀ ਸੀ। ਉਹ ਮੈਨੂੰ ਕਹਿੰਦੇ ਗੱਡਾ ਨਾ ਮੁੜ, ਤੂੰ ਗਾਂ ਨੂੰ ਲਿਆ। ਉਹਨਾਂ ਨੂੰ ਨਕਾਰਾ ਮਾਰਿਆ ਵੀ ਜਿਹਨੇ ਇਹਨਾਂ ਵੱਲ ਫੈਲ ਕੀਤਾ ਅਸੀਂ ਤੁਹਾਡੇ ਵੱਲ ਫੈਲ ਖੋਲ ਦਿਆਂਗੇ। ਅਸੀਂ ਉਸ ਵੇਲੇ ਇੱਧਰੋਂ ਆ ਕੇ ਅਤੇ ਅਸੀਂ ਪਾਰ ਟੱਪਿਆ ਉਹਦੀ ਮਿਲਟਰੀ ਦੇ ਨਾਲ, ਆਪਣਾ ਹਿੰਦੁਸਤਾਨ ਆ ਗਿਆ ਫਿਰੋਜ਼ਪੁਰ ਤੋਂ, ਅਤੇ ਉੱਧਰੋਂ ਜਿਹੜਾ ਸਾਡਾ ਭਰਾ ਸੀਗਾ ਗੱਡੇ ਵਾਲਾ ਉਹ ਵੀ ਛੱਡਤਾ ਤੋਂ ਕੋਲ ਕੁਛ ਨਹੀਂ, ਉਹਨੂੰ ਉਹਨਾਂ ਨੇ ਕੀ ਕਹਿਣਾ। ਜਦੋਂ ਇਹਦੇ ਪਾਰ ਟੱਪੇ ਆ, ਸਾਡੇ ਕੋਲ ਰਫਲ ਵੀ ਸੀਗੀ, ਆਪਣੀ ਲਾਇਸੈਂਸ ਸੀ, ਉਹ ਰਫਲ ਇੱਕ ਸਾਡੇ ਜਾਗਰ ਸੀਗਾ, ਸਾਡੇ ਧਰੌੜੀ ਵਿਆਹ ਸੀ, ਸਾਡੇ ਧਰੌੜੀ ਨਾਨਕੇ ਜਿਹੜੇ ਧਰੌੜੇ ਧਰਬੀ ਆ ਅਤੇ ਉਹ ਧਰਬੀ ਸੀ, ਹਾਂ ਉਹ ਮੈਂ ਉਹਨੂੰ ਮਾਸੀ ਨੂੰ ਫੜਾ ਦਿੱਤੀ ਰਫਲ, ਉਹਨੇ ਉਹ ਰਫਲ ਫੜ ਕੇ ਗੱਡੇ 'ਚ ਆਪਦੇ ਰੱਖ ਲਈ। ਮੈਂ ਕਿਹਾ ਵੀ ਗਾਹਾਂ ਨੂੰ ਕੋਈ ਲੁੱਟ ਖੋਲ ਲੁੱਟ ਲਏ। ਉਸ ਵੇਲੇ ਅਸੀਂ ਮੁੜ ਕੇ ਆ ਕੇ ਫਿਰ ਅਸੀਂ ਇੱਧਰ ਆ ਵੜੇ ਹਾਂ, ਇੱਧਰ ਜਦੋਂ ਵੜੇ ਆ ਕੇ ਅਤੇ ਉਸ ਤੋਂ ਬਾਅਦ ਜਿਹੜੀ ਉਹ ਸਾਡੀ ਰਫਲ ਸੀ ਉਹਦੇ ਨਾਲ ਹੀ ਉਹ ਬੂਟਾ ਸੀਗਾ ਇੱਕ ਮਹਾਂਸੋ ਸੀ ਬਦਮਾਸ਼ ਅਤੇ ਬਜ਼ਾਰੇ ਰਹਿੰਦੇ ਸੀ, ਅਤੇ ਉਹ ਸਾਡਿਆਂ ਹੀ ਰਫਲ ਲੈ ਕੇ ਡਾਕੇ ਮਾਰਨ ਲੱਗ ਪਏ। ਉੱਧਰ ਬਜ਼ੁਰਗਾਂ ਦੀ ਜਿਹੜੀ ਰਫਲ ਸੀ ਉਹ ਥਾਣੇ ਲਿਖਾ ਦਿੱਤੀ ਸੀ। ਇਹ ਫਿਰ ਆਪਣੇ ਅੰਮ੍ਰਿਤਸਰ ਫੜੇ ਗਏ ਦੋਵੇਂ ਜਣੇ। ਜਦੋਂ ਰਫਲ ਉਹ ਫੜੀ ਅਤੇ ਰਫਲ ਦਾ ਉਹਨਾਂ ਨਾਂ ਲੈ ਫਲਾਨੀ ਦੀ ਆ, ਉਸ ਪੁਲਿਸ ਨੇ ਸਦਮਾ ਬੇਗ ਨੂੰ ਫੋਨ ਕੀਤਾ, ਉਹ ਕਹਿੰਦਾ ਵੀ ਸਾਡੇ ਕੋਲ ਫਲਾਨੇ ਨੰਬਰ ਦੇ ਰਫਲ ਆਏ ਪੁਲਿਸੋਂ ਦੀ ਅਤੇ ਸਾਡੇ ਕੋਲ ਰਫਲ ਲਗਾਈ ਹੋਈ ਹੈ, ਸਾਨੂੰ ਉਹ ਰਫਲ ਉੱਥੋਂ ਮਿਲ ਗਈ ਅਤੇ ਉਹ ਉਹਨਾਂ ਨੇ ਅੰਦਰ ਦੇ ਬਸ।